ਅੰਮ੍ਰਿਤਸਰ ਦੀ ਮਲੋਟ ਪੁਲਿਸ ਨੇ ਮਲੋਟ ਦੇ ਕਾਰੋਬਾਰੀ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਲੈਟਰ ਪੈਡ ਉੱਪਰ 50 ਲੱਖ ਰੁਪਏ ਦੀ ਫਰੋਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਕਤਸਰ ਦੇ ਮਲੋਟ ਵਿੱਚ ਬੀਤੀ ਦਿਨੀ ਰਾਜਕੁਮਾਰ ਪੁੱਤਰ ਨਿਆਮਤ ਰਾਏ ਵਾਸੀ ਮੇਨ ਬਾਜ਼ਾਰ ਮਲੋਟ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਨੂੰ ਉਸਦੇ ਘਰ ਦੇ ਗੇਟ ਅੰਦਰੋਂ ਇੱਕ ਚਿੱਠੀ ਮਿਲੀ ਸੀ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੇ ਉਹਨਾਂ ਕੋਲੋਂ 50 ਲੱਖ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਦੇ ਤਹਿਤ ਪੁਲਿਸ ਵੱਲੋਂ ਮੁਕੱਦਮਾ ਨੰਬਰ 211 ਧਾਰਾ 384 511 506 ਥਾਣਾ ਸਿਟੀ ਮਲੋਟ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਪੁਲਿਸ ਵੱਲੋਂ ਛਾਣਬੀਨ ਦੌਰਾਨ ਐਸਪੀ ਮਲੋਟ ਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਕੰਮ ਕਰਦੇ ਹੋਏ ਇੰਸਪੈਕਟਰ ਸੁਖਜੀਤ ਸਿੰਘ ਥਾਣਾ ਸਿਟੀ ਮਲੋਟ ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਉਨ੍ਹਾਂ ਦੀ ਟੀਮ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਜਸਪਾਲ ਸਿੰਘ ਕੰਗ ਪੁੱਤਰ ਚੂੜ ਸਿੰਘ, ਸੰਦੀਪ ਸਿੰਘ ਕੰਗ ਪੁੱਤਰ ਜਸਪਾਲ ਸਿੰਘ ਵਾਸੀ ਸਰਾਭਾ ਨਗਰ ਮਲੋਟ, ਬਲਜੀਤ ਸਿੰਘ ਬੱਗਾ ਵਾਸੀ ਸੁਖਨਾ ਬਲੂ, ਰਾਜਕੁਮਾਰ ਉਰਫ ਰਾਜੂ ਸ਼ਰਮਾ ਨੂੰ ਪੁੱਡਾ ਕਲੋਨੀ ਮਲੋਟ ਦੀ ਪਾਰਕਿੰਗ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਐਸਐਸਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਸਪਾਲ ਸਿੰਘ ਕੰਗ ਨੂੰ ਆਪਣੇ ਕਾਰੋਬਾਰ ਵਿੱਚ ਘਾਟਾ ਪੈਣ ਤੋਂ ਬਾਅਦ ਉਸਨੇ ਆਪਣੇ ਲੜਕੇ ਨਾਲ ਮਿਲ ਕੇ ਮਲੋਟ ਸ਼ਹਿਰ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੇ ਜਾਲੀ ਲੈਟਰ ਪੈਡ ਤਿਆਰ ਕਰਕੇ ਮਲੋਟ ਸ਼ਹਿਰ ਦੇ ਨਾਮੀ ਬਿਜ਼ਨਸਮੈਨ ਨੂੰ ਲਿਖਿਆ ਸੀ। 25 ਤਰੀਕ ਨੂੰ ਇਹ ਲੈਟਰ ਆਈ ਸੀ, ਉਹਨਾਂ ਨੇ 8-11 ਨੂੰ ਸਾਨੂੰ ਸਲਾਹ ਦਿੱਤੀ, ਸੋ ਇਹਦੇ ਵਿੱਚ ਉਹਨਾਂ ਨੇ ਫਰੋਤੀ ਮੰਗੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਲੈਟਰ ਪੈਡ ਦੇ ਉੱਤੇ ਨਾਮ ਲਿਖ ਕੇ, ਤਾਂ ਉਹਦੇ ਸੰਬੰਧ ਵਿੱਚ 50 ਲੱਖ ਰੁਪਏ ਦੀ ਫਰੋਤੀ ਮੰਗੀ, ਤਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਵੀ ਤੁਹਾਡਾ ਘਰ ਬੰਬਣਾ ਬਣਾ ਦਾਂਗੇ ਅਤੇ ਤੁਹਾਨੂੰ ਗੋਲੀ ਮਾਰ ਦਾਂਗੇ ਜੇ ਤੁਸੀਂ ਪੈਸੇ ਨਾ ਦਿੱਤੇ। ਸਾਰੀ ਡਿਟੇਲ ਜਿਹੜੀ ਹੈਗੀ ਨੈੱਟ ਇਹਨਾਂ ਨੇ ਸਾਨੂੰ ਪੇਸ਼ ਕੀਤੀ, ਜਿਹਦੇ ਆਧਾਰ 'ਤੇ ਅਸੀਂ FIR ਲੌਂਚ ਕਰ ਲਈ ਜੀ ਇਸ ਸੰਬੰਧ ਵਿੱਚ, ਔਰ ਇਹਦੀ ਹੈਗੀ ਤਫਤੀਸ਼ ਫਰਦਰ ਜਾਰੀ। ਇਹਦੇ 'ਚ ਹੈਗਾ ਇਹਦੇ 4 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਆ, ਇੱਕ ਹੈਗੇ ਜਸਪਾਲ ਸਿੰਘ ਕੰਗ, ਸੰਦੀਪ ਸਿੰਘ, ਬਲਜੀਤ ਸਿੰਘ ਔਰ ਬੱਗਾ ਅਤੇ ਰਾਜਕੁਮਾਰ। ਇਹਦੇ ਘਰ ਦੇ ਕਰੀਬ ਹੀ ਰਹਿੰਦਾ ਆ ਇਹਦੇ ਜਸਪਾਲ ਕੰਗ ਦੇ, ਉਹਦੇ ਘਰ ਇਹਦੇ ਹੈਗੀ ਸਿੱਟੀ ਹੈਗੀ ਲੈਟਰ, ਉਹ ਵੱਖਰੇ ਤੌਰ 'ਤੇ ਅਸੀਂ ਜਿਹੜਾ ਹੈਗਾ ਉਸ ਬੰਦੇ ਨੂੰ ਜਿਹੜਾ ਜਿਨ੍ਹਾਂ ਦੇ ਬਾਰੇ ਜ਼ਿਕਰ ਆਇਆ ਹੈਗਾ ਉਹਨਾਂ ਦੇ ਵੱਖਰੇ ਤੌਰ 'ਤੇ ਉਹਨਾਂ ਨੂੰ ਜਿਹੜਾ ਇਨਵੈਸਟੀਗੇਸ਼ਨ 'ਚ ਜੁਆਇਨ ਕਰਾਵਾਂਗੇ, ਕਿਉਂਕਿ ਹੈਗਾ ਇਹਦੇ ਵਿੱਚ ਕੀ ਆ ਕਿ ਇਹਨਾਂ ਦਾ ਪਲੈਨਿੰਗ ਸੀ ਕਿ ਹੋਰ ਵੀ ਅੱਗੇ ਇੱਦਾਂ ਦੇ ਵਾਰਦਾਤ ਕਰਨ ਦੇ, ਇਹਦੇ ਨਾਲ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਮਾਹੌਲ ਇੱਦਾਂ ਦਾ ਬਣ ਗਿਆ ਸੀਗਾ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਬਣਾ ਦਿੱਤਾ ਗਿਆ ਸੀ ਵਪਾਰੀ ਵਰਗ ਦੇ। ਬਿਊਰੋ ਰਿਪੋਰਟ, ਦਾ ਟੀਵੀ, NRI।